ਤੁਹਾਨੂੰ ਉਸ ਸਾਡੀ ਪਹਿਲੀ ਵੀਡੀਓ ਤੋਂ ਪਤਾ ਲੱਗ ਗਿਆ ਹੋਏਗਾ ਕਿ ਖਾਨੇਵਾਲ ਦੇ ਵਿੱਚ ਵੀ ਬੜੀ ਬੜੀ ਵੱਡੀ ਸ਼ਖਸੀਅਤ ਮੌਜੂਦ ਨੇ ਅਤੇ ਇਹ ਵੀ ਕਿਸੇ ਪਾਕਿਸਤਾਨ ਦੇ ਕਿਸੇ ਦੂਸਰੇ ਇਲਾਕੇ ਦੇ ਜੁਗਤਬਾਜ਼ ਨਾਲੋਂ ਘੱਟ ਨਹੀਂ ਜੇ। ਅਤੇ ਅੱਜ ਮੇਰੇ ਨਾਲ ਦੋ ਮੇਰੇ ਪੁਰਾਣੇ ਸ਼ੋਅ ਦੇ ਫਨਕਾਰ ਮੌਜੂਦ ਹੈਗੇ ਨੇ, ਰਵੀ ਸਾਹਿਬ ਨੂੰ ਤੁਸੀਂ ਜਾਣਦੇ ਹੋਵੋਗੇ, ਆਸਫ ਸਾਹਿਬ ਨੂੰ ਵੀ ਜਾਣਦੇ ਹੋਵੋਗੇ, ਅਤੇ ਭਾਈ ਤੁਹਾਡਾ ਨਾਂ ਕੀ? ਬਾਬਰ ਪ੍ਰੇਮੀ ਭਾਈ। ਬਾਬਰ ਪ੍ਰੇਮੀ ਸਾਹਿਬ, ਠੀਕ ਐ ਭਾਈ? ਵਿਹਲਾ ਰਹਿੰਦਾ ਸੀਗਾ, ਮੈਂ ਉਹਨੂੰ ਕਿਹਾ ਤੈਨੂੰ ਮੈਂ ਦੁਕਾਨ 'ਤੇ ਲਵਾ ਦਿੰਦਾ ਵਾਂ ਅਤੇ ਰੋਜ਼ ਨਾਲ ਬੋਤਲਾਂ ਢੱਕਣ ਖੋਲ੍ਹਣੇ, ਤੂੰ 10,000 ਤੇਰੀ ਤਨਖਾਹ, ਦੋ ਢੱਕਣ ਖੋਲ੍ਹੇ ਤਾਂ ਬੇਹੋਸ਼ ਹੋ ਗਿਆ। ਉਹ ਮੈਂ ਉਹਨੂੰ ਉਠਾਇਆ, ਮੈਂ ਕੀ ਹੋਇਆ? ਕਹਿੰਦਾ ਢੱਕਣ ਗਲੇ 'ਚ ਲੰਘ ਗਿਆ। ਤਿੰਨਾਂ ਭਰਾਵਾਂ ਨੇ ਨਵੀਂ ਮੋਟਰਸਾਈਕਲ ਲਈ ਅਤੇ ਇੱਕੋ ਮੋਟਰਸਾਈਕਲ 'ਤੇ ਜਾਣ ਡੇ, ਮੋਟਰ ਵਾਲੇ ਨੇ ਹੱਥ ਦਿੱਤਾ, ਕਹਿੰਦਾ ਅੱਗੇ ਬੜੇ ਤੰਗ ਬੈਠੇ ਤੈਨੂੰ ਕਿਵੇਂ ਬਾਲੀਏ। ਇਹ ਭਾਈ ਦੋ ਮੋਟਰਸਾਈਕਲ ਤੇ ਜਾਣ ਡੇ ਸਨ, ਪੁਲਿਸ ਵਾਲਿਆਂ ਨੇ ਹੱਥ ਦਿੱਤਾ, ਕਹਿੰਦੇ ਗੱਡੀ ਦੇ ਕਾਗਜ਼, ਕਹਿੰਦਾ ਛੋਟਾ ਭਰਾ ਚੁਣਨ ਗਿਆ। ਇਹ ਭਾਈ ਦੇ ਘਰ ਨੂੰ ਅੱਗ ਲੱਗੀ ਤੇ ਬਾਹਰ ਖੜਾ, ਸਾਰੇ ਕਹਿੰਦੇ ਬੁਝਾ, ਕਹਿੰਦਾ ਇੱਕ ਮਿੰਟ ਰੁਕ ਜਾਓ, ਬਾਅਦ ਚ ਬੁਝਾਨੇ ਜੀਓ ਵਾਲੇ ਆਲਣ। ਆਪ ਅੱਡੇ ਚਲਾ ਗਿਆ, ਡੱਬ ਵਾਲਿਆਂ ਨੂੰ ਕਹਿੰਦਾ ਕੇਬਲ ਦੀ ਫੀਸ ਦੇ ਦਿਓ। ਉਹ ਭਾਈ ਦੇ ਘਰ ਨੂੰ ਅੱਗ ਲੱਗੀ ਤੇ ਫਾਇਰ ਬ੍ਰਿਗੇਡ ਤੇ ਫੋਨ ਨਹੀਂ ਕਰਨ ਡੇ, ਸਾਰੇ ਬਹਿ ਕੇ ਸੇਕਣ ਲੱਗ ਪਏ। ਵਾਜਿਆ ਮਰ ਜਾਂਦਾ ਖੁਦਾ, ਕਹਿੰਦਾ ਸਾਬ ਦੇ, ਕਹਿੰਦਾ ਬੈਗ ਵਾਲਾ ਪਿੱਛੇ ਆ। ਅੱਜ ਦੀ ਨਵੀਂ ਜੁਗਤ ਨਾਜ਼ਰੀਨ। ਆ ਭਾਈ ਕੱਲ ਇੱਕੋ ਹੱਥ ਨਾਲ ਦਵਾ ਕਰਨ ਡਿਆ, ਮੈਂ ਕਿਹਾ ਇਹ ਕੀ? ਕਹਿੰਦਾ ਥੋੜੀ ਕਰ ਲਓ, ਸੁਥਰੀ ਕਰ ਲਓ। ਆਪ ਨਾਈਆਂ ਦੀ ਦੁਕਾਨ ਖੋਲੀ, ਇੱਕ ਔਰਤ ਆਈ, ਕਹਿੰਦੇ ਬੇਬੀ ਕਟਿੰਗ ਕਰਦੇ ਤੇ ਪੈਂਪਰ ਚੜਾਤਾ। ਉਹ ਭਾਈ ਫੌਜੀ ਕਟਿੰਗ ਕਰਾਉਣ ਗਿਆ, ਜਾ ਕਹਿੰਦਾ ਫੌਜੀ ਕਟਿੰਗ ਕਰਦੇ, ਉਹਨੇ ਬਾਗ ਫੈਰ ਮਾਰਤਾ। ਇਹ ਦੋਵੇਂ ਭਰਾ ਨਾਈ ਉਹ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਕੋਈ ਗਾਹਕ ਨਾ ਦੁਕਾਨ ਤੇ, ਤੇ ਸ਼ਾਮ ਨੂੰ ਗੁੱਸੇ ਨਾਲ ਆਪਸ 'ਚ ਇੱਕ ਦੂਜੇ ਦੀ ਢਿੰਡ ਕਰਕੇ ਆ ਗਏ। ਆਪ ਲੰਡੇ 'ਚੋਂ ਜੁੱਤੀਆਂ ਖਾ ਲੀਆਂ, ਜਰਸੀ ਵੇਖਣ ਗਿਆ ਤੇ ਅੱਠ ਪਾਵਾਂ ਵਾਲੀ ਬਾਜ਼ੂ ਲੈ ਲਏ। ਉਹ ਕਹਿੰਦਾ ਕਾਹਤੋਂ? ਕਹਿੰਦਾ ਮੈਂ ਬੱਕਰੀਆਂ 'ਚ ਸੋਨਾ। ਆ ਭਾਈ ਕੱਲ ਗੰਦੇ ਨਾਲੇ 'ਚ ਫੈਰਿੰਗ ਕਰਨ ਡਿਆ, ਮੈਂ ਕਿਹਾ ਇਹ ਕਰਨ ਡਿਆ? ਕਹਿੰਦਾ ਇਹਦੀ ਬੋ ਮਾਰਨ ਡਿਆ। ਆਪ ਲੈਸ਼ ਕਹਿੰਦੇ ਖਲੋ ਗਿਆ, ਕਹਿੰਦਾ ਤੁਹਾਨੂੰ ਗੈਸ ਦੀ ਕਮੀ ਨਹੀਂ ਆਉਂਦਾ ਵਾਂਗੋ? ਕਹਿੰਦੇ ਕਾਹਤੋਂ? ਕਹਿੰਦਾ ਪੈਪਸੀ ਦੀ ਬੋਤਲ ਪਿਆਵਾਂਗਾ। ਰੋਡ ਤੇ ਕੁੱਤਾ ਮਰਿਆ ਤੇ ਜਾ ਕਹਿੰਦਾ ਹਾਏ ਕਿੰਨੀ ਬੋ, ਕੁੱਤਾ ਉਹ ਕਹਿੰਦਾ ਮਾਮਾ ਤੇਰੀ ਬੋ ਨਾ ਤੇ ਮੈਂ ਮਰਿਆ। ਸੁਣਾਓ ਭਾਜੀ ਬਿੱਲੀਆਂ ਦੇ ਹੈਲਮਟ, ਤੁਸੀਂ ਸੁਣਾਓ ਸਾਗ ਵਾਲੀ ਕੌਣ? ਆ ਭਾਈ ਨੇ ਨਾ ਚਿੜੀਆ ਘਰ ਖੋਲ ਲਿਆ, 100 ਰੁਪਏ ਟਿਕਟ ਰੱਖਤੀ, ਕੋਈ ਗਾਹਕ ਨਾ ਆਇਆ, 50 ਰੁਪਏ ਗੁੱਸੇ ਨਾਲ ਕੀਤੀ ਤਾਂ ਵੀ ਕੋਈ ਗਾਹਕ ਨਾ ਆਇਆ, ਇਹਨੇ ਗੁੱਸੇ ਨਾਲ ਨਾ ਫ੍ਰੀ ਕਰਤੀ, ਪੂਰਾ ਚਿੜੀਆ ਘਰ ਭਰ ਗਿਆ, ਏਡਾ ਤੇਜ਼ ਸ਼ੇਰ ਦਾ ਪਿੰਜਰਾ ਖੋਲ ਕੇ ਬਾਹਰ ਦੀ 200 ਰੱਖਤੀ। ਇਹ ਭਾਈ ਮੰਗਦਾ ਸੀ ਪਹਿਲੇ ਘਰ ਗਏ ਉਹਨੇ 10 ਰੁਪਏ ਦਿੱਤੇ, ਦੂਜੇ ਘਰ ਗਏ ਉਹਨਾਂ ਨੇ ਵੀ 10 ਦਿੱਤੇ, ਤੀਜੇ ਘਰ ਗਏ ਤੇ ਮਾਈ ਕੁੱਬੀ ਨਿਕਲੀ, ਕਹਿੰਦੀ ਪੁੱਤ ਕੁਛ ਨਹੀਂ ਆਇਆ, ਉਹਦੇ ਉੱਤੇ ਬਹਿ ਕੇ ਕਹਿੰਦਾ ਚੱਲ ਝੂਲੇ ਦੇ। ਇਹਦਾ ਦਾਦਾ ਮਰ ਗਿਆ, ਕਹਿੰਦਾ ਦਫਨਾ ਦੀਏ, ਕਹਿੰਦਾ ਲੈਣ ਦਫਨਾਓ, 8 ਘੰਟੇ ਠਹਿਰ ਜਾਓ, ਕਰਾਚੀ ਵਾਲੇ ਮਹਿਮਾਨ ਆ ਰਹੇ ਤੇ ਛੋਟਾ ਭਰਾ ਉੱਠ ਕੇ ਕਹਿ ਰਿਹਾ ਚਲੋ ਫਿਰ ਦਾਦੇ ਨੂੰ ਪਿਸ਼ਾਬ ਪਿਸ਼ੂਬ ਕਰਾ ਲਓ। ਭਾਈ ਦਾ ਇਮਾਨਦਾਰੀ ਨਾਲ ਮੂੰਹ ਵੇਖੀ ਐਵੇਂ ਲੱਗਦਾ ਜਿਵੇਂ ਜਨਾਜ਼ੇ ਦੀ ਨੰਬਰ ਪਲੇਟ ਹੁੰਦੀ ਆ। ਏਦਾਂ ਭਰਾ ਮਰ ਗਿਆ ਤੇ ਦੂਸਰੇ ਤੋਂ ਮਿਠਾਈ ਦਾ ਡੱਬਾ ਦਾ ਭਰਾ ਚੱਕੀ ਲਿਆ, ਮੈਂ ਉਹਨੂੰ ਪੁੱਛਿਆ ਕਦੋਂ, ਕਹਿੰਦਾ ਨਾਲ ਹੀ ਕਵਰ 'ਚ ਮੁੰਡਾ ਆਇਆ। ਇਹਦਾ ਤਾਇਆ ਮਰ ਗਿਆ ਤੇ ਨਹੀਂ ਬੜੀ ਸ਼ੋਅ ਨਾਲ ਉੱਠ ਕੇ ਐਲਾਨ ਕਰਤਾ, ਹਾਂ ਬਈ ਕਿਸੇ ਨੇ ਕੋਈ ਕਰਜ਼ਾ ਕੁਰਜ਼ਾ ਤੇ ਨਹੀਂ ਲੈਣਾ। ਇੱਕ ਭਾਈ ਉੱਠਿਆ ਕਹਿੰਦਾ ਮੈਂ 20,000 ਲੈਣਾ, ਇੱਕ ਉੱਠਿਆ 50,000 ਲੈਣਾ, ਇੱਕ ਕਹਿੰਦਾ ਮੈਂ 1,00,000 ਲੈਣਾ, ਤੇ ਅੱਗੋ ਢੀਠ ਹੋ ਕਹਿੰਦਾ ਚਲੋ ਫਿਰ ਉੱਠ ਕੇ ਕਹਿ ਦੇ ਤੇ ਮੈਂ ਦੇ ਦਿੰਦਾ। ਇਹਦਾ ਵੀ ਦਾਦਾ ਮਰ ਗਿਆ, ਦਾਦਾ ਮਰ ਗਿਆ, ਸਾਰੇ ਮਿੱਟੀ ਪਾਣੀ ਤੇ ਰੋਣ ਡਿਆ, ਕਹਿੰਦਾ ਊ ਮਿੱਟੀ ਨਾ ਪਾਓ, ਕਹਿੰਦੇ ਕਿਉਂ? ਕਹਿੰਦਾ ਦਾਦੇ ਨੂੰ ਸਾਹ ਦੀ ਕਸਰ ਆ। ਆਪ ਦਰਜੀ ਕੋ ਜੁੱਤੀਆਂ ਖਾ ਲੀਆਂ, ਦਰਜੀ ਕੋ ਸੂਟ ਸਵਾਣ ਗਿਆ ਤੇ ਉਹ ਕਹਿੰਦਾ ਕਹਿੰਦਾ 50 ਜੇਬਾਂ ਲਾ ਦੇ, ਉਹ ਕਹਿੰਦਾ ਕਾਹਤੋਂ? ਕਹਿੰਦਾ ਮੈਂ ਚੋਰ ਹਾਂ। ਇਹ ਭਾਈ ਵੀ ਇਹਨੂੰ ਪੁੱਛਿਆ ਮੈਂ ਕੀ ਕਰਦੇ ਹੋ, ਕਹਿੰਦਾ ਮੈਂ BA 'ਚ ਪੜ੍ਹਦਾ। ਮੈਂ ਕਿਹਾ ਤੇਰਾ ਦੂਸਰਾ ਭਰਾ? ਕਹਿੰਦਾ MA 'ਚ ਪੜ੍ਹਦਾ। ਮੈਂ ਕਿਹਾ ਤੀਸਰਾ ਭਰਾ? ਕਹਿੰਦਾ ਉਹ ਡਾਕਟਰ ਬਣਾ ਲਿਆ। ਮੈਂ ਕਿਹਾ ਚੌਥਾ? ਕਹਿੰਦਾ ਉਹ ਚੋਰ ਆ। ਤੇ ਮੈਂ ਕਿਹਾ ਉਹਨੂੰ ਮਨਾ ਕਰੋ, ਕਹਿੰਦਾ ਉਹ ਕੁਮਾਰ ਹੈ, ਤਾੜੀ ਤੇ ਅਸੀਂ ਪੜ੍ਹਨ ਡੇ। ਥਾਣੇ ਫੜਿਆ ਗਿਆ ਤੇ SHO 'ਚ ਡੇ, ਤੇਰਾ ਪਿਓ ਕੀ ਕਰਦਾ? ਕਹਿੰਦਾ ਮੈਂ ਤੇ ਟਾਈਮ ਨਾ ਸੋਚਣਾ, ਮੈਨੂੰ ਪਤਾ ਕੀ ਕਰਦਾ। ਇਹ ਭਾਈ ਨਾ ਇੱਕ ਬਾਗ ਦੇ ਵਿੱਚ ਅੰਬ ਤੋੜਨ ਚੜ੍ਹ ਗਿਆ, ਇੱਕ ਮਾਲੀ ਉੱਤੋਂ ਆ ਗਿਆ, ਉਹਨੇ ਫੜ ਲਿਆ, ਕਹਿੰਦਾ ਹਾਂ ਬਈ ਓਏ ਤੇਰੇ ਪਿਓ ਨੂੰ ਮੈਂ ਲਾਮਾ ਦੇ ਕੇ ਆਉਂਦਾ, ਤੇਰਾ ਪਿਓ ਕਿੱਥੇ? ਕਹਿੰਦਾ ਅੱਗੋਂ ਉਹ ਨਾਲ ਵਾਲੇ ਅੰਬ 'ਤੇ ਚੜ੍ਹਿਆ। ਭਾਈ ਦਾ ਮੂੰਹ ਐ ਬੋਲ ਤੋਂ ਖੋਤਾ ਰੇੜਿਆ ਈ, ਭਾਈ ਦਾ ਮੂੰਹ ਵੇਖਿਆ ਮੁੱਛ ਵਾਲੀ ਕੁੱਤੀ ਹੁੰਦੀ ਹੈ, ਭਾਈ ਦਾ ਮੂੰਹ ਵੇਖੋ ਹੱਥ ਜੋੜ ਕੇ ਜਿਵੇਂ ਸ਼ੇਵ ਨਿਕਲੀ, ਭਾਈ ਦਾ ਮੂੰਹ ਵੇਖੋ ਜੋ ਛੁਰੀ ਨਾ ਖਰਮਾਨੀ ਛਿੱਲੀ, ਆਹ ਵੇਖੋ ਤਾਕਤਵਰ ਡਰੈਕੋਲਾ, ਮੁੱਛਾ ਕੇ ਪਿਓ ਨੇ ਸੈਕਿੰਗ ਦਿੱਤਾ ਤੂੰ ਮੇਰਾ ਨੀ। ਅੱਜ ਦੀ ਨਵੀਂ ਜੁਗਤ ਨਾਜ਼ਰੀਨ, ਮੈਂ ਐਸਾ ਕਿਉਂ ਹੂੰ? ਐ ਭਾਈ ਗਿਆ ਵਿਆਹ ਤੇ,
ਉੱਥੋਂ ਮਾਰ ਖਾ ਲਈ। ਵੀਡੀਓ ਵਾਲਿਆਂ ਨੂੰ ਬੁਲਾਇਆ, ਕਹਿੰਦਾ ਉਰੇ ਆ। ਉਹ ਆ ਗਿਆ, ਕਹਿੰਦਾ ਬਾਈ ਵੀਡੀਓ ਬਣਾਉਣੀ? ਕਹਿੰਦਾ ਨਹੀਂ, ਹੱਥ ਸਿਖਾ ਦੇ। ਆ ਭਾਈ ਵੀ ਡਾਕਟਰ ਕੋਲ ਚਲਾ ਗਿਆ, ਕਹਿੰਦਾ ਡਾਕਟਰ ਸਾਹਿਬ ਮੈਨੂੰ ਟੀਵੀ ਹੈ। ਕਹਿੰਦਾ ਪੁੱਤਰ ਟੈਨਸ਼ਨ ਲੈ, ਮੈਨੂੰ ਐਲਸੀਡੀ। ਤੇ ਆ ਭਾਈ ਜਿਹੜਾ ਈ ਉਹ ਆ ਆ ਜਿਹੜਾ ਭਾਈ, ਇਹਦੀ ਦਾਦੀ ਫੌਤ ਹੋ ਗਈ ਤੇ ਇਹਨੇ ਵੱਖਰੀ ਖਾਂ ਪਾਈ ਹੋਈ। ਛਡਬਾਲਾ ਮੈਂ ਬਣਨਾ ਜੀ। ਆ ਭਾਈ ਵਿਆਹ ਤੇ ਗਿਆ, ਉੱਥੇ ਉਹਨੂੰ ਫੜ ਕੇ ਨਾ ਮੂਵੀ ਵਾਲੇ ਨੂੰ ਗਿਰੇਬੰਦ ਫੜ ਕੇ ਤੇ ਵਿਆਹ ਵਾਲਿਆਂ ਕੋਲ ਲੈ ਗਿਆ। ਕਹਿੰਦਾ ਤੁਸੀਂ ਇੱਥੇ, ਫਿਰ ਉਹਨੇ ਮੋਟਰ ਲਾ ਕੇ ਲਈ ਫਿਰਦਾ। ਜੰਮੂ ਵਾਲੀ ਰੇਹੜੀ ਤੋਂ ਮਾਰ ਖਾ ਲਈ ਇਹਨੇ, ਉਹਨੇ ਡੋਲਣੀ 'ਚ ਪਾ ਕੇ ਖੜਕਾਏ, ਕਹਿੰਦਾ ਵਿੱਚੋਂ ਸੱਪ ਨਿਕਲ ਆਉਣਾ। ਆ ਭਾਈ ਯਾਰਾਂ ਬਾਈ ਤਾਂ ਫੋਨ ਕਰ, ਕਹਿੰਦਾ ਮੈਨੂੰ ਲੱਭ ਲਓ। ਆ ਭਾਈ ਜਲੇਬੀ ਵਾਲਾ ਗਿਆ ਤਾਂ 100 ਰੁਪਏ ਦੇ, ਕਹਿੰਦਾ ਲੱਕ 'ਚ ਟੈਟੂ ਬਣਾਈ। ਆ ਭਾਈ ਅਖਬਾਰ ਫੜ ਕੇ ਤਾਂ ਰੋਈ ਜਾਵੇ, ਮੈਂ ਕਿਹਾ ਬੁਰੀ ਖਬਰ ਆ ਗਈ? ਕਹਿੰਦਾ ਨਹੀਂ, ਪੜ੍ਹਨੇ ਨਹੀਂ ਆਉਣ ਦੀ। ਆ ਭਾਈ ਦੀ ਕੱਲ ਅਖਬਾਰ ਤੇ ਤਸਵੀਰ ਲੱਗੀ, ਥੱਲੇ ਲਿਖਿਆ ਸੀ ਰਾਮੂ ਕਾਕਾ 1965 ਕੀ ਜੰਗ ਮੇਂ ਬਿਲਾ ਵਜ੍ਹਾ ਮਾਰੇ ਗਏ। ਆ ਭਾਈ ਅਖਬਾਰ ਫੜ ਕੇ ਤੇ ਬੜਾ ਪਰੇਸ਼ਾਨ, ਮੈਂ ਕੀ ਹੋਇਆ? ਕਹਿੰਦਾ ਬੰਦੇ ਪੁੱਠੇ ਲਟਕਾ ਤੇ। ਮੈਂ ਕਿਹਾ ਬੰਦੇ ਪੁੱਠੇ ਨੀ ਲਟਕਾਏ, ਅਖਬਾਰ ਸਿੱਧੀ ਕਰ। ਆ ਭਾਈ ਦਾ ਮੂੰਹ ਵੇਖੋ, ਠੰਡੇ ਪਾਣੀ ਛਿੱਤਰ ਮਾਰੇ। ਆਪਣੇ ਮੋਬਾਇਲ ਬੰਦ ਕਰ ਲੋ। ਕਹਿੰਦਾ ਜੀ ਰਹਿਣ ਦੋ, ਇਹਨੇ ਕਿਹੜਾ ਉੱਠ ਕੇ ਕਹਿ ਦੇਣਾ ਕਾਲ ਕਰਾ ਦੇ। ਭਾਈ ਨੂੰ ਐਸ ਭਾਈ ਨੇ ਕੀਤਾ ਆਪਣੇ ਭਰਾ ਨੂੰ ਫੋਨ, ਅੱਗੋਂ ਉਹਨੇ ਕਿਹਾ ਆਪਕਾ ਬੈਲੈਂਸ, ਕੁੜੀ ਬੋਲੀ ਆਪਕਾ ਬੈਲੈਂਸ ਨਾ ਕਾਫੀ ਹੈ। ਅੱਗੋਂ ਕਹਿੰਦਾ ਕੋਈ ਮਸਲਾ ਨੀ, ਤੁਸੀਂ ਤੇ ਗੱਲ ਕਰੋ। ਆ ਭਾਈ ਦਾ ਮੂੰਹ ਵੇਖੋ, ਜਿਵੇਂ ਗੰਦੀ ਤਾਸ਼ ਦਾ ਬਾਦਸ਼ਾਹ ਹੁੰਦਾ। ਇਹਦਾ ਦਾਦਾ ਮਰ ਗਿਆ ਤੇ ਇਹਨੂੰ ਜਨਾਈ ਲਈ ਮੰਜੀ ਨਾ ਲੱਭੀ, ਸਨੋਕਰ ਤੇ ਪਾ ਲਿਆ। ਸਾਰੇ ਕਹਿਣ ਦੇ ਕਲਮਾ ਸ਼ਹਾਦਤ, ਇਹ ਕਹੀ ਜਾਵੇ ਸੈਂਟਰ ਪਾਕਟ। ਇਹ ਭਾਈ ਨੇ ਏਅਰਪੋਰਟ ਤੋਂ ਮਾਰ ਖਾ ਲਈ ਇੱਕ ਚਾਈਨੀਜ਼ ਔਰਤ ਰੋਣ ਦੀ। ਉਹਨੂੰ ਕਹਿੰਦਾ ਬੀਬੀ ਕੀ ਹੋਇਆ? ਕਹਿੰਦੀ ਮੇਰਾ ਬੰਦਾ ਫੌਤ ਹੋ ਗਿਆ। ਕਹਿੰਦਾ ਚਾਈਨਾ ਤੋਂ? ਕਹਿੰਦਾ ਹਾਂਜੀ। ਕਹਿੰਦਾ ਇਹੀ ਤਾਂ ਗੱਲ ਆ, ਚਾਈਨਾ ਦੀ ਵਾਰੰਟੀ ਕੋਈ ਨਹੀਂ ਹੈ। ਆ ਭਾਈ ਦੁੱਧ ਵਾਲੀ ਦੁਕਾਨ ਚਲਾ ਗਿਆ, ਕਹਿੰਦਾ ਭਾਈ ਜਾਣ ਕੁੱਤੇ ਲਈ ਦੁੱਧ ਦਿਓ। ਅੱਗੋਂ ਦੁਕਾਨ ਵਾਲਾ ਕਹਿੰਦਾ ਇੱਥੇ ਪੀਣਾ ਕਿ ਲੈ ਕੇ ਜਾਣਾ। ਆ ਭਾਈ ਗਿਆ ਜਹਾਜ਼ 'ਤੇ ਚੜਿਆ ਨਵਾਂ ਨਵਾਂ, ਕਹਿੰਦਾ ਸਰ ਤੁਸੀਂ ਕੌਣ? ਕਹਿੰਦਾ ਮੈਂ ਕੈਪਟਨ। ਕਹਿੰਦਾ ਹੱਥ ਪਲਾਉਂ, ਮੈਂ ਮਾਰਵਨ। ਇਹ ਭਾਈ ਜਿਹੜਾ ਨਾ, ਇਹ ਭਾਈ ਜਹਾਜ਼ 'ਚ ਬੈਠਾ ਪਾਇਲਟ ਦੇ ਗਿਆ, ਇਸਕੇ ਟਾਇਰ ਨਹੀਂ ਖੁੱਲ ਰਹੇ ਤੇ ਘਬਰਾ ਗਿਆ, ਕਹਿੰਦਾ ਪਾਣੀ 'ਚ ਲਾ ਲਓ। ਆ ਭਾਈ ਚੌਥੀ ਮੰਜ਼ਿਲ ਤੋਂ ਡਿੱਗਾ, ਲੋਕੀ ਖੱਟੇ ਹੋ ਕੇ ਬੱਜਦੇ, ਕੀ ਹੋਇਆ? ਕਹਿੰਦਾ ਪਤਾ ਨਹੀਂ, ਮੈਂ ਆਪ ਹੁਣੇ ਆਇਆ। ਇਹ ਭਾਈ ਵੀ ਗੰਨੇ ਵਾਲੀ ਰੇਹੜੀ 'ਤੇ ਗਿਆ, ਕਹਿੰਦਾ ਮੈਨੂੰ ਇੱਕ ਗਲਾਸ ਜੂਸ ਦਾ ਦੇ ਦਿਓ। ਉਹ ਐਂ ਕਰ ਗੰਨਾ ਦੇਣ ਲੱਗਾ, ਮਸ਼ੀਨ 'ਚ ਤਾਂ ਰੌਲਾ ਪਾਤਾ। ਕਹਿੰਦਾ ਜਾਨ ਨਾ ਲਈ, ਇੱਦਾਂ ਹੀ ਫੜਾ ਦੇ। ਇਹ ਭਾਈ ਨੇ ਗਵਾਂਢੀਆਂ ਦੀ ਮੁਰਗੀ ਨਵਾ ਕੇ ਮਾਰ ਛੱਡੀ, ਉਹ ਲਾਮਾ ਦੇਣ ਆਏ ਤੇ ਕਹਿੰਦਾ ਅੱਗੋਂ ਨਹੀਂ ਜੀ, ਨਵਾਣ ਨਾ ਨਹੀਂ ਮਾਰੀ, ਨਚੋੜੀ ਤੇ ਫੇਰ ਮਾਰੀ। ਇਹ ਭਾਈ ਜਹਾਜ਼ 'ਚ ਬੈਠਾ ਸਫ਼ਰ ਕਰ ਰਿਹਾ ਤੇ ਏਅਰ ਹੋਸਟਲ ਨੇ ਆ ਕੇ ਕਿਹਾ ਵੀ ਜਹਾਜ਼ ਖਰਾਬ ਹੋ ਗਿਆ, ਆਪਣੇ ਆਪਣੇ ਪੈਰਾਸ਼ੂਟ ਪਹਿਨ ਕਰ ਛਲਾਂਗੇ ਲਗਾ ਦੇ। ਇਹਨੇ ਸਭ ਤੋਂ ਪਹਿਲੇ ਛਾਲ ਮਾਰੀ, ਉਹਨੇ ਬੂਆ ਲਾ ਲਿਆ, ਕਹਿੰਦੀ ਬਸ ਤੈਨੂੰ ਹੀ ਕੱਢਣਾ। ਇਹ ਭਾਈ ਮੇਰੇ ਨਾਲ ਚਲਾ ਗਿਆ ਜਹਾਜ਼ 'ਚ, ਉਹ ਜਹਾਜ਼ ਖਰਾਬ ਹੋ ਗਿਆ, ਇਹਨੇ ਪੈਰਾਸ਼ੂਟ ਪਾ ਲਿਆ, ਮੈਨੇ ਵੀ ਦੋਵਾਂ ਛਾਲਾਂ ਮਾਰਤੀਆਂ, ਇਹਦਾ ਪੈਰਾਸ਼ੂਟ ਖੁੱਲਿਆ ਨਹੀਂ, ਮੇਰਾ ਖੁੱਲ ਗਿਆ। ਉਹ ਮੈਂ ਕਿਹਾ ਆਸਫ ਕੀ ਕਰੇਗਾ? ਕਹਿੰਦਾ ਥੱਲੇ ਉੱਤਰ ਕੇ ਵਾਪਸ ਕਰਾਂਗਾ। ਤੇ ਇਹ ਭਾਈ ਜਿਹੜਾ ਕੱਲ੍ਹ ਸਾਡੇ ਨਾਲ ਨਹਿਰ ਤੇ ਨਹਾਉਣ ਗਿਆ, ਮੈਂ ਕਿਹਾ ਚਲੋ ਸਾਰੇ ਆਪਣੇ ਆਪਣੇ ਟੂਬ ਪਾ ਕੇ ਛਾਲ ਮਾਰਦੇ, ਉਹਨੇ ਬੈਠਣਾ ਵਿੱਚ ਜੇਬ 'ਚ ਪਾ ਕੇ ਛਾਲ ਮਾਰਤੀ। ਡਾਕਟਰ ਕੋਲ ਚਲਾ ਗਿਆ, ਡਾਕਟਰ ਨੂੰ ਜਾ ਕਹਿੰਦਾ ਟੂਬ ਦੇ ਦਿਓ। ਉਹ ਕਹਿੰਦਾ ਜ਼ਖਮਾਂ ਤੇ ਲਾਉਣ ਵਾਲੀ? ਕਹਿੰਦਾ ਨਹੀਂ, ਨਹਿਰ ਤੇ ਨਹਾਉਣ ਵਾਲੀ। ਆ ਭਾਈ ਨੇ ਬੱਚਿਆਂ ਕੋਲ ਗਾਲਾਂ ਖਾ ਲਈਆਂ, ਬੱਚੇ ਨਹਿਰ 'ਚ ਨਹਾ ਰਹੇ, ਕਹਿੰਦਾ ਬਾਹਰ ਨਿਕਲੋ, ਮੈਂ ਤਾਲਾ ਲਾਣਾ। ਇਹ ਭਾਈ ਦਰਦ ਦੀ ਗੋਲੀ ਲੈਣ ਗਿਆ ਡਾਕਟਰ ਕੋਲ, ਡਾਕਟਰ ਕਹਿੰਦੇ ਲਿਖ ਕੇ ਦੇ ਦਿੱਤੀ, ਕਹਿੰਦਾ ਕਿਸੇ ਵੀ ਸਟੋਰ ਤੋਂ ਮਿਲ ਜਾਏਗੀ, ਸਾਰਾ ਦਿਨ ਮੋਬਾਈਲ ਤੇ ਪਲੇ ਸਟੋਰ ਖੋਲ ਕੇ ਬੈਠਾ ਰਿਹਾ। ਇਹ ਭਾਈ ਵੀ ਹੋਟਲ 'ਤੇ ਗਿਆ, ਹੋਟਲ 'ਤੇ ਗਿਆ ਤੇ ਕਹਿੰਦਾ ਕੀ ਪਕਾਇਆ? ਕਹਿੰਦਾ ਜ਼ਬਾਨ ਆ ਤੇ ਪਾਵੇ ਆ, 10 ਰੁਪਏ ਦੇ। ਕਹਿੰਦਾ ਇੱਕ ਜ਼ਬਾਨ ਦੇਈ? ਕਹਿੰਦਾ ਯਾਰ 10 ਦੀ ਜ਼ਬਾਨ ਆਉਂਦੀ। ਕਹਿੰਦਾ ਕੋਈ 38 ਜੀ ਪਾ ਦੇ। ਆ ਭਾਈ ਵੀ ਹੋਟਲ 'ਤੇ ਚਲਾ ਗਿਆ, ਉੱਥੇ ਜਾ ਕਹਿੰਦਾ ਕੀ ਪੱਕਾ? ਕਹਿੰਦਾ ਬੱਕਰਾ ਢੱਕਣ 'ਚੋਂ। ਕਹਿੰਦਾ ਸਿੰਘ ਤੇ ਨਹੀਂ ਮਾਰਦਾ? ਆ ਭਾਈ ਵੀ ਹੋਟਲ 'ਤੇ ਗਿਆ, ਉੱਥੇ ਕਹਿੰਦੇ ਕੀ ਪੱਕਾ? ਕਹਿੰਦੇ ਅਰਬੀ। ਕਹਿੰਦਾ ਵੀਆਂ ਦਾ ਤਰਜਮਾ ਪਾ ਦੋ। ਇਹ ਭਾਈ ਵੀ ਹੋਟਲ 'ਤੇ ਗਿਆ, ਉੱਥੇ ਜਾ ਕੇ ਕਹਿੰਦਾ ਕੀ ਪੱਕਾ? ਕਹਿੰਦਾ ਬੱਕਰਾ। ਕਹਿੰਦਾ ਬੈ ਬੈ ਤਾਂ ਨਹੀਂ ਕਰਦਾ। ਨਾਜ਼ਰੀਨ, ਅੱਜ ਅਸੀਂ ਤੁਹਾਡੇ ਸਾਹਮਣੇ ਖਾਨੇਵਾਲ ਜੁਗਤ ਬਾਦਾਂ ਦੀ ਦੂਸਰੀ ਜਿਹੜੀ ਐਪੀਸੋਡ ਪੇਸ਼ ਕੀਤੀ ਹੈ ਤੇ ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਬਹੁਤ ਹੀ ਪਸੰਦ ਆਏ ਹੋਣਗੇ। ਜਿਵੇਂ ਪਹਿਲੀ ਐਪੀਸੋਡ ਦੇ ਵਿੱਚ ਇਹਨਾਂ ਨੇ ਤੁਹਾਨੂੰ ਬਹੁਤ ਜ਼ਿਆਦਾ ਹਸਾਇਆ, ਤੁਹਾਨੂੰ ਖੁਸ਼ੀਆਂ ਵੰਡੀਆਂ ਤੁਹਾਡੇ ਵਿੱਚ, ਇੰਝ ਹੀ ਅੱਜ ਵੀ ਇਹਨਾਂ ਨੇ ਤੁਹਾਨੂੰ ਹਸਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਤੇ ਅਗਰ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋਏ ਨੇ ਤੇ ਤੁਸੀਂ ਫਿਰ ਕੀ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਇਹਨੂੰ ਲਾਈਕ ਕਰੋ, ਸ਼ੇਅਰ ਕਰੋ ਤਾਂ ਕਿ ਅਸੀਂ ਇਹੋ ਜਿਹੀਆਂ ਹੋਰ ਖੁਸ਼ੀਆਂ ਵੰਡਣ ਵਾਲੀਆਂ ਵੀਡੀਓਜ਼ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਦੇ ਸਕੀਏ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।